ਰਾਜਪੁਰਾ ਦੇ ਨੇੜੇ ਪਿੰਡ ਥੂਹਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯੂਥ ਕਲੱਬ ਰਜਿਸਟਰ ਥੂਹਾ ਬੈਂਚ ਪ੍ਰੈਸ ਦੇ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਪਿੰਡ ਦੇ ਵਸਨੀਕ ਅਤੇ ਮਾਰਕੀਟ ਕਮੇਟੀ ਬਲੂੜ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਅਤੇ ਹੈਰੀ ਮੁਖਮੈਲਪੁਰ ਸੀਨੀਅਰ ਅਕਾਲੀ ਆਗੂ ਨੇ ਸਾਂਝੇ ਤੌਰ 'ਤੇ ਕੀਤਾ। ਇਹਨਾਂ ਮੁਕਾਬਲਿਆਂ ਦੇ ਵਿੱਚ ਸਾਰੇ ਨੌਜਵਾਨਾਂ ਨੇ ਭਾਗ ਲਿਆ, ਜਿਸ ਦੇ ਵਿੱਚ ਵਰਿੰਦਰ ਸਿੰਘ ਨੇ ਪਹਿਲਾ ਅਤੇ ਅਰੁਣ ਕੁਮਾਰ ਦੂਜਾ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਗੁਰਵਿੰਦਰ ਸਿੰਘ, ਹੈਪੀ ਢਿੱਲੋਂ, ਸਿਮਰਨ, ਅਮਰਜੀਤ ਸਿੰਘ, ਪਰਮਜੋਤ ਤੋਂ ਇਲਾਵਾ ਹੋਰ ਸਾਰੇ ਅਹੁਦੇਦਾਰਾਂ ਨੇ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ। ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਰਜਿੰਦਰ ਮੋਹੀ, ਆਜ਼ਾਦ ਟੀਵੀ ਨਿਊਜ਼। ਮੁਕਾਬਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯੂਥ ਕਲੱਬ ਦੇ ਸਮੂਹ ਮੈਂਬਰ ਸਾਹਿਬਾਨਾਂ, ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ, ਵਾਈਸ ਚੇਅਰਮੈਨ ਪ੍ਰਭਜੋਤ ਸਿੰਘ ਜੀ, ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਬੈਂਚ ਪ੍ਰੈਸ ਮੁਕਾਬਲਿਆਂ ਦਾ, ਬਹੁਤ ਹੀ ਸ਼ਲਾਘਾਯੋਗ ਮੁਕਾਬਲਾ ਹੈ। ਇਹੋ ਜਿਹੇ ਮੁਕਾਬਲੇ ਹਰ ਇੱਕ ਪਿੰਡ, ਹਰ ਇੱਕ ਸ਼ਹਿਰ 'ਚ ਜ਼ਰੂਰ ਹੋਣੇ ਚਾਹੀਦੇ ਨੇ, ਤਾਂ ਕਿ ਜਿਹੜੀ ਅੱਜ ਇੱਕ ਨਸ਼ਿਆਂ ਦੀ ਵੱਧ ਰਹੀ ਲਾਹਣਤ, ਉਸ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਸਾਰੇ ਨੌਜਵਾਨ ਇਹਨਾਂ ਉਪਰਾਲਿਆਂ 'ਚ ਸ਼ਾਮਿਲ ਹੋਣ ਅਤੇ ਆਪਣੇ ਆਪਣੇ ਪਿੰਡਾਂ 'ਚ, ਆਪਣੇ ਆਪਣੇ ਸ਼ਹਿਰਾਂ 'ਚ ਇਹੋ ਜਿਹੇ ਉਪਰਾਲੇ ਕਰਾਉਂਦੇ ਰਹਿਣ। ਤਾਂ ਸਾਡੇ ਸ਼ਰਮਾ ਜੀ ਖੜ੍ਹੇ ਨੇ, ਇਹਨਾਂ ਨੇ ਅੱਜ ਡੇਢ ਕੁਆਂਟਲ ਕੇਜੀ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ। ਦੁਬਾਰਾ ਫਿਰ ਕਲੱਬ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਅਤੇ ਹਰ ਸਾਧਕਾਂ ਦੇ ਨਾਲ ਇਸੇ ਤਰ੍ਹਾਂ ਖੜ੍ਹ ਕੇ ਇਹਨਾਂ ਦੇ ਨਾਲ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ।